बारे जानन नु बहुत उत्साहित है। ते तुसी तैयार हो? ते आप जी तैयार हो? मैं तैयार नहीं है पर मैं दे जा रहा हूं। हां जी मैं तैयार हूं। जे तुसी कीर्तन करना स्टार्ट किया सी ते तुसी कितने ईयर दे सी? मैं उदो 2 या 3 साल दा सी जदों मैं कीर्तन करना शुरू कर दित्ता सी। हारमोनियम मैं पकड़ लिया सी। अच्छा, आप जी पहली वारी स्टेज पे बैठ के केड़ा शब्द पहला गायन किता सी? बड़ा औखा सवाल है। मेनू जित तक मेनू याद है शायद मैं गाया सी वाहगुरु तेरा सब सच्चा। वो तो मेरे माता जी ने सिखाया सी। हां, बड़ा सुखैन जी कंपोजिशन सी। ते जिन्ना कुछ टाइम 2.5-3 साल दा बच्चा बहुत छोटा हुंदा हले तां हाथ ही नहीं पहुंचदे हुंदे, पर ਉਹ ਮੈਂ ਕੋਸ਼ਿਸ਼ ਕੀਤੀ ਸੀ ਵਾਹਿਗੁਰੂ ਤੇਰਾ ਸਭ ਸੱਚਾ। ਸੋ ਮੈਂ ਉਹ ਪੜਿਆ ਸ਼ਬਦ ਪੜਿਆ ਸੀ। ਜਦ ਤੁਸੀਂ ਕੀਰਤਨ ਗਾਇਨ ਕੀਤਾ ਸੀ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਗੁਰਦੁਆਰੇ ਦੇ ਅੰਦਰ ਕੀਤਾ ਸੀ? ਤੇਜਕਰ ਇੱਕ ਹੋਰ ਔਖਾ ਸਵਾਲ ਹੈ। ਸਾਡੇ ਗੰਗਾ ਨਗਰ ਗੁਰਦੁਆਰਾ ਸਾਹਿਬ ਸੀ, ਗੁਰਦੁਆਰਾ ਗੁਰੂ ਰਾਮਦਾਸ ਜੀ ਦਾ। ਉਸ ਗੁਰਦੁਆਰਾ ਸਾਹਿਬ ਦੇ ਵਿਖੇ ਅਸੀਂ ਰੋਜ਼ ਜਾਣਾ ਗੁਰਦੁਆਰੇ ਤੇ ਉੱਥੇ ਕੀਰਤਨ ਕਰਨਾ। ਸਾਡੇ ਉੱਥੇ ਜਿਹੜੇ ਗੁਰੂ ਘਰ ਦੇ ਵਜ਼ੀਰ ਸੀ ਉਹ ਸਾਨੂੰ ਬੜਾ ਉਤਸ਼ਾਹਿਤ ਕਰਦੇ ਹੁੰਦੇ ਸੀ, ਬੈਠੋ ਸਟੇਜ 'ਤੇ ਕਰੋ ਕੀਰਤਨ। ਸਾਡੇ ਮਾਤਾ ਜੀ ਸਾਨੂੰ ਹਰ ਰੋਜ਼ ਸਵੇਰੇ ਲੈ ਕੇ ਜਾਣਾ, ਰਾਤ ਨੂੰ ਲੈ ਕੇ ਜਾਣਾ ਅਤੇ ਹਾਜ਼ਰੀ ਭਰਵਾਉਂਦੇ ਹੁੰਦੇ ਸੀ। ਅਤੇ ਸਾਡਾ ਗੰਗਾਨਗਰ ਦਾ ਗੁਰਦੁਆਰਾ ਸਾਹਿਬ। ਆਪ ਜੀ ਗ੍ਰੇਟ ਵਾਲ ਆਫ ਚਾਈਨਾ, ਪੈਰਿਸ ਫਰਾਂਸ, ਲੇਹ ਲੱਦਾਖ ਸਮੁੰਦਰ ਦੇ ਕਿਨਾਰੇ ਔਰ ਇੰਗਲੈਂਡ ਵਿੱਚ ਕੀਰਤਨ ਕੀਤਾ ਹੋਇਆ ਹੈ ਅਤੇ ਆਪ ਜੀ ਦਾ ਸਭ ਤੋਂ ਮੈਮੋਰੇਬਲ ਜਗ੍ਹਾ ਕਿਹੜੀ ਸੀ? ਮੇਰੀਆਂ ਸਾਰੀਆਂ ਹੀ ਹੈ ਮੈਮੋਰੇਬਲ। ਜਿੱਥੇ ਜਾਈਦਾ ਉੱਥੇ ਸੰਗਤਾਂ ਪਿਆਰ ਕਰਦੀ ਹੈ ਤੇ ਉਹ ਆਪਣੇ ਆਪ ਮੈਮੋਰੇਬਲ ਬਣ ਜਾਂਦੀ ਹੈ, ਹਨਾ। ਅੱਜ ਦਾ ਫੇਵਰੇਟ ਫੂਡ ਕਿਹੜਾ ਹੈ? ਇਹ ਸੋਚਣਾ ਪਏਗਾ। ਵੈਸੇ ਤਾਂ ਇੰਡੀਅਨ ਫੂਡ ਹੈ ਹੀ ਹੈ, ਦਾਲ ਰੋਟੀ ਉਹ ਸਭ ਤੋਂ ਵਧੀਆ ਚੀਜ਼ ਹੈ, ਹਨਾ, ਤੇ ਸਰੀਰ ਲਈ ਵੀ ਵਧੀਆ ਹੈ। ਬਾਕੀ ਉੱਦਾਂ ਥਾਈਲੈਂਡ ਦਾ ਬੜਾ ਅੱਛਾ ਫੂਡ ਹੁੰਦਾ, ਉੱਥੇ ਦਾ ਵੈਜੀਟੇਰੀਅਨ ਫੂਡ ਬੜਾ ਅੱਛਾ ਹੈ। ਮੈਂ ਮਲੇਸ਼ੀਆ ਦਾ ਵੀ ਖਾਣਾ, ਉਹ ਵੀ ਮੈਨੂੰ ਅੱਛਾ ਲੱਗਦਾ। ਇੰਡੀਅਨ ਫੂਡ ਬੈਸਟ ਹੈ। ਤੁਸੀਂ ਅਲੱਗ ਅਲੱਗ ਜਗ੍ਹਾ ਜਾ ਕੇ ਕੀਰਤਨ ਕੀਤਾ ਹੈ ਤੇ ਤੁਸੀਂ ਕਿਹੜੀ ਤੁਸੀਂ ਜਦ ਕੀਰਤਨ ਕਰਦੀ ਸੀ ਤੇ ਤੁਹਾਨੂੰ ਕਿਹੜੇ ਕੰਟਰੀ ਦੇ ਸੰਗਤ ਨਾਲ ਜ਼ਿਆਦਾ ਆਨੰਦ ਆਉਂਦਾ ਸੀ? ਇੰਡੀਆ ਦੇ ਹੈ ਹੀ ਹੈ, ਇੰਡੀਆ ਦੀ ਸੰਗਤ ਬਹੁਤ ਜ਼ਿਆਦਾ ਪਿਆਰ ਵਾਲੀ ਸੰਗਤ ਹੈ। ਵੈਸੇ ਜਿੱਥੇ ਵੀ ਜਾਈਦਾ ਸੰਗਤ ਸਾਰੀ ਪਿਆਰ ਵਾਲੀ ਹੈ। ਇਹਨਾਂ ਨੇ ਇੰਗਲੈਂਡ ਦਾ ਜ਼ਿਕਰ ਕੀਤਾ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਕੈਨੇਡਾ, ਅਮੈਰੀਕਾ, ਜਿੱਥੇ ਵੀ ਚਲੇ ਜਾਓ ਸੰਗਤ ਸਾਰੀ ਗੁਰਬਾਣੀ ਨਾਲ ਪਿਆਰ ਕਰਦੀ ਹੈ ਅਤੇ ਗੁਰਬਾਣੀ ਦਾ ਸਦਕਾ ਹੀ ਸਾਨੂੰ ਪਿਆਰ ਕਰਦੀ ਹੈ। ਪਰ ਜਿੱਥੇ ਸੰਗਤ ਖੁਦ ਕੀਰਤਨ ਕਰੇ ਉੱਥੇ ਰਸ ਜ਼ਿਆਦਾ ਬਣਦਾ, ਉੱਥੇ ਪਿਆਰ ਜ਼ਿਆਦਾ ਮਿਲਦਾ, ਕਿਉਂਕਿ ਸੰਗਤ ਇਕੱਠੇ ਹੋ ਕੇ ਕੀਰਤਨ ਕਰਦੀ ਹੈ। ਅਹਿਮਦਾਬਾਦ ਦੀ ਸੰਗਤ ਬਹੁਤ ਚੰਗੀ ਹੈ ਕਿਉਂਕਿ ਇਹ ਬਾਣੀ ਨਾਲ ਜੁੜੀ ਹੋਈ ਸੰਗਤ ਹੈ, ਕੀਰਤਨ ਨਾਲ ਜੁੜੀ ਹੋਈ ਸੰਗਤ ਹੈ। ਇੱਥੇ ਜਦੋਂ ਵੀ ਆਈਦਾ
ਤੇ ਉਹ ਘਰ ਵਰਗਾ ਮਾਹੌਲ ਸੰਗਤੀ ਕੀਰਤਨ ਕਰਨ ਦਾ ਜਿਹੜਾ ਉਹ ਆਨੰਦ ਹੈ ਉਹ ਇੱਥੇ ਬਹੁਤ ਮਿਲਦਾ ਹੈ ਸਾਨੂੰ। आप जी अपनी फैमिली बारे कुछ दसो। मैं नहीं दसना साडे मैं अपने पिता जी दे नाल रहना ते वाइफ है दो बेटे हैं। ठीक है और कुछ नहीं। सानू तोड़े नाल गल करके बहुत अच्छा लगा। सानू भी बड़ा अच्छा लगा। मैं इंटरव्यू देता नहीं पर मैं बच्चे देख के ना मैनू मैनू बड़ा लगा कि देखो किन्ने पहली गल तो क्यूट है ते किन्ने सोहने सवाल कर रहे हैं। मैं को रह नहीं हुआ। मैं चल मैं दे देना इंटरव्यू। मैं किसी चैनल नू देंदा ही नहीं इंटरव्यू पर मैं इन्हां नू ना नहीं कर सकिया क्योंकि ये बच्चे ने ते बच्चियां दे विच वाहिगुरु आप वसदा। ਬੱਚੇ ਵੱਲੋਂ ਹੁਕਮ ਹੋਇਆ ਛੋਟਾ ਜਿਹਾ ਬੱਚਾ ਪਰ ਬਹੁਤ ਕੀਰਤਨ ਨਾਲ ਪਿਆਰ ਕਰਦਾ ਹੈ ਅਤੇ ਇਹਨਾਂ ਨੇ ਹੁਕਮ ਕੀਤਾ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਆ ਜਾਓ। ਕੋ ਆਪ ਤੂੰ ਹੈ ਵੱਡੇ ਰਾਜਾ ਕੋ ਸੱਚੇ ਕੇ ਬੁਰੇ ਗਾਜਾ ਅੰਥਰਵਾਰ ਸਭ ਕੁਛ ਜਾਣੇ ਆਪੇ ਆਪਤੀ ਜਾਏ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵਿਸ਼ਵੰਬਰ ਬੇਦਨਾਥ ਬਲਾਕਰ ਬਾਜੀਗਰ ਬਾਣ ਧਾਰੀ ਬੰਧਨ ਬਾਣ ਤਾਰੀ ਬੰਧਨ ਸੋ ਦੀ ਦੇ ਬਾਬਾ ਹਾਂ।